ਸਸਿਕਾ ਰੰਗਲਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਜਗਤਾਰ ਸਿੰਘ ਸਿੱਧੂ ਅੱਜ ਇੰਟਰਵਿਊ ਵਿੱਚ ਤੁਹਾਨੂੰ ਇੱਕ ਜਿਹਾ ਇੱਕ ਨੌਜਵਾਨ ਨਾਲ ਮਿਲਾਵਾਂਗੇ ਜਿਹੜੇ ਕਿ 78 ਸਾਲ ਦੀ ਉਮਰ ਵਿੱਚ ਵੀ ਨੌਜਵਾਨ ਨੇ ਤੁਸੀਂ ਸੋਚ ਰਹੇ ਹੋ ਮੋਗੇ ਕਿ 78 ਸਾਲ ਦੀ ਉਮਰ 'ਚ ਕੋਈ ਨੌਜਵਾਨ ਕਿਵੇਂ ਰਹਿ ਸਕਦਾ ਪਰ ਇਹ ਗੱਲ ਸੱਚ ਹੈ ਇਹ ਅਤਰਿਪ ਸਿੰਘ ਜੀ ਨਾਲ ਮਿਲਾਵਾਂਗੇ ਜੋ ਉਹਨਾਂ ਦੀ ਦਾੜ੍ਹੀ ਤਾਂ ਬਿਸ਼ੱਕ ਦੀ ਚੱਟੀ ਆ ਉਮਰ ਬਿਸ਼ੱਕ ਦੀ 78 ਸਾਲ ਹੈ ਪਰ ਜਿਹੜੀ ਸਰੀਰ 'ਚ ਚੁਸਤੀ ਤੇ ਫੁਰਤੀ ਆ ਨਾ ਉਹ ਇੱਕ ਨੌਜਵਾਨ ਨਾਲੋਂ ਵੀ ਜ਼ਿਆਦਾ ਸੋ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਦੀ ਫਿਟ ਰਹਿਣ ਦਾ ਇੰਨੇ ਫਿਟ ਰਹਿਣ ਦਾ ਤੇਜ਼ ਉਮਰ 'ਚ ਇੰਨੇ ਫਿਟ ਰਹਿਣ ਦਾ ਕੀ ਰਾਜ਼ ਆ ਸਿਹਤ ਦਾ ਕੀ ਰਾਜ਼ ਆ ਕੀ ਡਾਈਟ ਲੈਂਦੇ ਆ ਤੇ ਕਿਹੜ ਤਦਰਪ ਸਿੰਘ ਜੀ 78 ਸਾਲ ਦੇ ਨੌਜਵਾਨ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਤੁਸੀਂ ਸੋਚ ਰਹੇ ਹੋ ਕਿ 78 ਸਾਲ ਦੇ ਨੌਜਵਾਨ ਕਿਵੇਂ ਹੋ ਸਕਦਾ ਕੋਈ 78 ਸਾਲ ਚ ਤਾਂ ਬੁਢਾਪਾ ਆ ਜਾਂਦਾ ਪਰ ਨਹੀਂ ਇਹ ਸਿਰਫ ਦੇਖਣ ਨੂੰ ਹੀ ਦਾੜੀ ਚਿੱਟੀ ਲੱਗਦੀ ਹੈ ਪਰ ਜੇ ਅਪ ਗੱਲ ਕਰੀਏ ਸਰੀਰ ਦੀ ਤੇ ਦਿਮਾਗ ਦੀ ਤਾਂ ਨੌਜਵਾਨਾਂ ਨਾਲੋਂ ਵੀ ਸਰੀਰ 'ਚ ਫੁਰਤੀ ਜ਼ਿਆਦਾ ਤੇ ਦਿਮਾਗ ਨੌਜਵਾਨਾਂ ਤੋਂ ਵੀ ਜ਼ਿਆਦਾ ਐਕਟਿਵ ਆ ਸਟਰੋਂਗ ਆ ਸੋ ਗੱਲਬਾਤ ਕਰਦੇ ਆ ਕਿ ਕੀ ਰਾਜ਼ ਰਿਹਾ ਇਹ ਜੀ ਐਡੀ ਉਮਰ 'ਚ ਇੰਨੀ ਫਿੱਟ ਸਿਹਤ ਦਾ ਅੰਕਲ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋ ਤੇ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਜੀ ਚਲੋ ਮੈਂ ਤਾਂ ਦੱਸਦਾ 78 ਸਾਲ ਦੀ ਉਮਰ ਹੋ ਗਈ ਪਰ ਇੱਕ ਵਾਰ ਆਪਦੇ ਮੂੰਹੋਂ ਦੱਸ ਦੋ ਕਿ ਉਮਰ ਕਿੰਨੀ ਆ ਕਿਤੇ ਮੇਥੋਂ ਗਲਤ ਨਾ ਕਿਹਾ ਗਿਆ ਹੋਵੇ ਮੈਂ 2 ਫਰਵਰੀ ਵਾਲੇ ਦਿਨ 70 ਸਾਲ ਪੂਰੇ ਕੀਤੇ 78 ਸਾਲ ਮੈਂ ਹੁਣ ਚੜਿਆ ਹਾਂ ਜੀ 78ਵਾਂ ਸਾਲ ਤੇ ਅੰਕਲ ਜੀ ਗੱਲ ਕਰੀ ਆ ਆਪਾਂ ਸਿਹਤ ਦਾ ਰਾਜ਼ ਕੀ ਆ ਇੰਨੀ ਫਿੱਟ ਸਿਹਤ ਆ ਤੁਹਾਡੀ ਸਿਹਤ ਦਾ ਰਾਜ਼ ਕੁਛ ਨਹੀਂ ਬਸ ਮਿਹਨਤ ਕਰੋ ਤੇ ਫਲ ਪਾਓ ਜੀ ਆਪਾਂ ਗੱਲ ਕਰੀਏ ਕਿਉਂਕਿ ਇੰਨੀ ਉਮਰ ਚ ਤਾਂ ਨਾ ਆਪਾਂ ਦੇਖਿਓ ਬਜ਼ੁਰਗ ਨਾ ਗੋਡੇ ਫੜ ਲੈਂਦਾ ਕੋਈ ਮੋਢੇ ਫੜ ਲੈਂਦਾ ਮੈਥੋਂ ਤੁਰਿਆ ਨਹੀਂ ਜਾਂਦਾ ਪਰ ਤੁਸੀਂ ਮੈਂ ਦੇਖਿਆ ਪੁਸ਼-ਅਪ ਬੜੇ ਤੁਸੀਂ ਤਾਂ ਨੌਜਵਾਨਾਂ ਤੋਂ ਵੀ ਨਾ ਲੱਗਣੋ ਹਜੇ ਪੁਸ਼-ਅਪ ਜਿਹੜੇ ਤਰੀਕੇ ਨਾਲ ਤੁਸੀਂ ਲਾਉਨੇ ਹੋਗੇ ਦੇਖੋ ਜਦੋਂ ਬੰਦਾ ਸੋਚ ਲੈਂਦਾ ਮੈਂ ਕੋਈ ਕਰਨਾ ਹੈ ਤੇ ਉਹਦੇ ਲਈ ਕੋਈ ਉਮਰ ਨਹੀਂ ਮੈਨੇ ਰਖਦੀ ਕੋਈ ਸਿਹਤ ਨਹੀਂ ਮੈਨੇ ਰਖਦੀ ਸਿਹਤ ਤੇ ਆਪਣੇ ਆਪ ਅੰਦਰੋਂ ਜੋਸ਼ ਪੈਦਾ ਕਰਦਾ ਹੈ ਤੇ ਬੰਦਾ ਠੀਕ ਹੁੰਦਾ ਜਾਂਦਾ ਜਦੋਂ ਅਸੀਂ ਰੁਕ ਜਾਂਦੇ ਤਾਂ ਇਹ ਕੰਮ ਵਿਗੜਦਾ ਤਾਂ ਇਹ ਗੋਡੇ ਵੀ ਤਾਂ ਦੁਖਦੇ ਗੋਡੇ ਚਲਾ ਨਹੀਂ ਰਹੇ ਤੇ ਗੋਡੇ ਚਲਾਣਾ ਸ਼ੁਰੂ ਕਰਦੇ ਹੋ ਤਾਂ ਚਲਣਾ ਸ਼ੁਰੂ ਹੋ ਜਾਂਦੇ ਦੁੱਖ ਨੇ ਬੰਦੇ ਜਾਣਗੇ ਮੈਨੂੰ ਲੱਗਦਾ ਕਿ ਹਵਤ ਤੁਹਾਡੇ ਤੇ ਬਣੀ ਹੈ ਏ ਜਸਟ ਅ ਨੰਬਰ ਬਿਲਕੁਲ ਬਿਲਕੁਲ ਸਹੀ ਗੱਲ ਹੈ ਮੇਰੇ ਤੇ ਕਹਾਵਤ ਨਹੀਂ ਬਣੀ ਪਰ ਇਹ ਪਈ ਲੱਗ ਰਹੀ ਹੈ ਮਿਸਾਲ ਜ਼ਰੂਰ ਆਈ ਸੀ ਤੇ ਇਹ ਚ ਗੱਲ ਕਰੀਏ ਆਪਾਂ ਤੁਸੀਂ ਕਿੰਨਾ ਟਾਈਮ ਵਰਕਆਊਟ ਕਰਦੇ ਹੋ ਦਿਨ ਚ ਮੈਂ ਸਿਰੇ 2-2 ਘੰਟੇ ਲਗਾਨਾ ਹਰ ਰੋਜ਼ ਹਾਂਜੀ ਹਾਂਜੀ ਆਲਮੋਸਟ ਸੰਡੇ ਨੂੰ ਛੱਡ ਕੇ ਹਫ਼ਤੇ ਚ ਦਿਨ ਤਾ ਪਰ ਆਪਾਂ ਸੰਡੇ ਨੂੰ ਵੀ ਕਰਾਤਾ ਚਲੋ ਉਹ ਤੇ ਬੁਲਾ ਲਿਆ ਦੇਣਾ ਆ ਗਿਆ ਅਰੇ ਤੇ ਅੰਕਲ ਗੱਲ ਕਰੀ ਆਪਾਂ ਡਾਈਟ ਕੀ ਆ ਕਿਉਂਕਿ ਜੇ ਐਕਸਰਸਾਈਜ਼ ਜ਼ਰੂਰੀ ਆ ਤਾਂ ਉਹਦੇ ਨਾਲ ਡਾਈਟ ਵੀ ਬਹੁਤ ਜ਼ਰੂਰੀ ਹੈਗੀ ਨਾ ਮੈਂ ਦੇਖੋ ਜੀ ਕੋਈ ਜੰਗ ਫੂਡ ਨਹੀਂ ਖਾਂਦਾ ਮੈਂ ਨਹੀਂ ਕਹਿੰਦਾ ਕਿ ਬਿਲਕੁਲ ਨਹੀਂ ਖਾਂਦਾ ਮਤਲਬ ਕਦੇ ਹਫਤੇ 10 ਦਿਨਾਂ ਚ ਮਹੀਨੇ ਚ ਕਿਸੇ ਪਾਰਟੀ 'ਚ ਗਏ ਬਿਆ ਛੱਦੀ ਗਏ ਥੋੜਾ ਬਤਾਂ ਤੁਸੀਂ ਲੈ ਲੈਂਦੇ ਕੋਈ ਨਿਕੰਤ ਨਹੀਂ ਹੋਣੀ ਚਾਹੀਦੀ ਪਰ ਯਦ ਲਈ ਮੇਰਾ ਜਿਹੜਾ ਰੈਗੂਲਰ ਡਾਈਟ ਹੈ ਉਹ ਵੈਜੀਟੇਰੀਅਨ ਹੈ ਔਰ ਵੈਜੀਟੇਰੀਅਨ ਵਿੱਚ ਮੈਂ ਵਿਗਨ ਡਾਈਟ ਤੇ ਹਾਂ ਜਿਸ ਕੋਈ ਮਿਲ ਪ੍ਰੋਡਕਟ ਨਹੀਂ ਲੈਣੇ ਕੋਈ ਹਨ ਨਹੀਂ ਲੈਂਦੇ ਸੀ ਮਤਲਬ ਕੋਈ ਐਨੀਮਲ ਪ੍ਰੋਡਕਟ ਨਹੀਂ ਲੈਂਦੇ ਟੋਟਲ ਪਲਾਂਟ ਬੇਸਡ ਡਾਈਟ ਜੋ ਪਰ ਇੱਕ ਵਾਰ ਡਾਈਟ ਥੋੜੀ ਜੀ ਬਰੀਫਲੀ ਸੁਣਾ ਦੋ ਵੀਗਨ ਡਾਈਟ ਬਾਰੇ ਲੋਕਾਂ ਨੂੰ ਕਿਉਂਕਿ ਕਈਆਂ ਨੂੰ ਨਹੀਂ ਪਤਾ ਲੱਗਣਾ ਕਿ ਕੀ ਚੀਜ਼ ਹੈ ਵੀਗਨ ਬੇਸਿਕਲੀ ਮੈਂ ਵੈਜੀਟੇਰੀਅਨ ਤੋਂ ਸ਼ੁਰੂਤ ਹੋਈ ਸੀ ਵੀਗਨ ਡਾਈਟ ਤੇ ਜੋ ਜਦੋਂ ਬੰਦਾ ਥੋੜੀ ਜੀ ਨੋਲੇਜ ਆਂਦੀ ਜ ਸੁਣਦਾ ਜਾਂ ਪੜ੍ਹਦਾ ਮੈਂ ਇੱਕ ਵੀਡੀਓ ਦੇਖਿਆ ਸੀ ਵਾਈਟ ਡੇਰੀ ਇਜ਼ क्रੂਅਲ ਔਰ ਵੀਡੀਓ ਨੇ ਮੇਰਾ ਦਿਮਾਗ ਇਤਨਾ ਫੇਰਾਤਾ ਤਾਂ ਮੈਨੂੰ ਲੱਗਿਆ ਕਿ ਵਿਗਨ ਬਣਨ ਚ ਵਧੀਤਰੀ ਹੈ ਅਸੀਂ ਜਿਹੜਾ ਦੁੱਧ ਉਹ ਆਪਣੇ ਬੱਚਿਆਂ ਲਈ ਪਾਇਆ ਕਰਦੀ ਹੈ ਗਾਂ ਜਾਂ ਮੱਝ ਉਹ ਸੀ ਜੋਤੀ ਆਪਣੇ ਥਰੀ ਤੇ ਪਾ ਰਹੇ ਹਨ ਇਸ ਲਈ ਦੂਜੀ ਗੱਲ ਇੱਕ ਇਹ ਵੀ ਨਜ਼ਰ ਆਈ ਮੈਂ ਹੁਣ ਇਸ ਦੇ ਬਾਰੇ ਕਿਉਂ ਨਹੀਂ ਬੋਲ ਸਕਦਾ ਕਿਉਂਕਿ ਜ਼ਿਆਦਾਤਰ ਸਾਡੇ ਪਿਓ ਦਾ ਦੰਦੇ ਅਸੀਂ ਆਪ ਵੀ ਬਚਪਨ ਚ ਦੁੱਧ ਕਿਉਂ ਬਹੁਤ ਖਾਦਾ ਹੁਣ ਕਹਿੰਗੇ ਵੀ ਦੁੱਧ ਕਿਉਂ ਤਾਕਤ ਬਹੁਤ ਤਾਕਤਦਾਰੀ ਵਾਲੀ ਚੀਜ਼ ਹੁੰਦੀ ਆ ਪਰ ਦੇਖੋ ਦੁੱਧ ਕਿਉਂ ਜਿੰਨਾ ਪੰਜਾਬ ਚ ਦੁੱਧ ਨਹੀਂ ਦੱਸੀ ਕਿਉਂ ਲਿਆ ਜਾਂਦਾ ਮੇਰੇ ਖਿਆਲ ਨਾਲ ਖੁਸ਼ ਹੈ ਕਿ ਸਟੇਟ ਚ ਨਹੀਂ ਹੋਏਗਾ ਪਰ ਸਭ ਤੋਂ ਜਿਆਦਾ ਹਾਰਡ ਦਾ ਪੇਸ਼ੈਂਟ ਵੀ ਅੱਜ ਪੰਜਾਬ ਵਿੱਚ ਹੀ ਹੈ ਜੇ ਜੋ ਤੁਸੀਂ ਇਹ ਦੇਖਦੇ ਹੋ ਤੇ ਤੁਹਾਨੂੰ ਸਮਝ ਆਣਾ ਚਾਹੀਦਾ ਹੈ ਕਿ ਕੋਲ 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 ਬਟ ਆਪਾਂ ਦਾ ਉਹਦਾ ਸ਼ੂਗਰ ਦਾ ਵੀ ਪੇਸ਼ੈਂਟ ਹੈ ਕੱਲ ਨੂੰ ਕਿਡਨੀ ਦਾ ਵੀ ਪੇਸ਼ੈਂਟ ਹੈ ਕੱਲ ਨੂੰ ਬਲੱਡ ਪ੍ਰੈਸ਼ਰ ਦਾ ਵੀ ਪੇਸ਼ੈਂਟ ਹੈ ਨਾ ਚੱਲ ਸਕਦਾ ਨਾ ਕਰਦੇ ਦਾ ਬੋਝ ਆਪਣੇ ਧਰਤੀਆ ਬੋਝ ਬਣ ਜਾਂਦਾ ਉਹ ਤੋਂ ਬਿਹਤਰ ਹੈ ਆਪਣੇ ਹੱਥ ਮਿੱਠੀ ਰੱਖਣਾ ਜੇ ਆਪਾਂ ਗੱਲ ਕਰੀਏ ਅੰਕਲ ਸ਼ੁਰੂਆਤ ਕਦੋਂ ਹੁੰਦੀ ਹੈ ਜੋ ਫਿਟਨੈਸ ਦੀ ਸ਼ੁਰੂਆਤ ਕਦੋਂ ਹੁੰਦੀ ਹੈ ਜਰਨੀ ਤੁਹਾਡੀ ਕਦੋਂ ਸ਼ੁਰੂ ਹੁੰਦੀ ਹੈ ਨਹੀਂ ਸ਼ੁਰੂਆਤ ਮੇਰੇ ਨਾਲ ਪੁੱਛੋ ਸ਼ੁਰੂਆਤ ਕਦੇ ਵੀ ਕਿਸੇ ਵੀ ਟਾਈਮ ਕਦੇ ਵੀ ਕੀਤੀ ਜਾ ਸਕਦੀ ਹੈ ਤੁਹਾਨੂੰ ਕਿੰਨੇ ਸਾਲ ਹੋ ਗਏ ਮੈਨੂੰ ਹੁਣ ਲਗਾਤਾਰ 14 15 13 14 ਸਾਲ ਹੋ ਗਏ ਫਿਰ ਕਹਿੰਦਾ ਉਹᱫੋ ਪਹਿਲਾਂ ਮੈਂ ਬਚਪਨ ਜਰੂਰ ਕੀਤੀ ਹੈ ਪਰ ਵਿੱਚ 40 ਸਾਲ ਦਾ ਇੱਕ ਐਸਾ ਵਕਫਾ ਸੀ ਜਿੱਥੇ ਮੈਂ ਕੁਝ ਨਹੀਂ ਕੀਤਾ ਦੁਬਾਰਾ ਨਵੇਂ ਸਿਰੇ ਤੋਂ ਸ਼ੁਰੂ ਹੋਏ ਔਰ ਦੁਬਾਰਾ ਉਸੇ ਤਰ੍ਹਾਂ ਫਿਰ ਤਾਂ ਕੋਈ ਦਿੱਕਤ ਨਹੀਂ ਹੈ 114 ਸਾਲ ਕੇ ਤੁਸੀਂ 14 ਸਾਲ ਸ਼ੁਰੂ ਹੋ ਗਏ ਮਤਲਬ 60 ਸਾਲ ਦੀ ਉਮਰ ਤੋਂ ਬਾਅਦ ਸ਼ੁਰੂ ਕੀਤਾ ਨਾ ਦੁਬਾਰਾ 62 ਸਾਲ ਦੀ ਉਮਰ ਹਾਂਜੀ 62 ਸਾਲ ਦੀ ਉਮਰ ਵਿੱਚ ਵੀ ਐਡਾ ਮਾਈਂਡ ਸੈਟ ਕਰਨਾ ਕਿ ਮੈਂ ਐਕਸਰਸਾਈਜ਼ ਕਰਨੀ ਹੈ ਬਹੁਤ ਵੱਡੀ ਗੱਲ ਹੈ ਉਹ ਐਸਾ ਹੈ ਕਿ ਦੇਖੋ ਸਾਰੇ ਤੇ ਰੋਗਦੇ ਹੀ ਨੇ ਇਵਨ ਕਰਦੇ ਨੇ ਮੇਰੇ ਬੜੇ ਟੋਕੇ ਸੀ ਵੀ ਤੂੰ ਕਿਹੜੇ ਚੱਕਰ ਚ ਪੈਣ ਲੱਗਿਓ ਇਸ ਉਮਰ 'ਚ ਕੋਈ ਹੱਡੀ ਕੋਈ ਹ ਪਰ ਮੈਂ ਸੋਚ ਰਿਹਾ ਸੀ ਮਰਨ ਤਾਂ ਸਾਰਿਆਂ ਨੇ ਹੀ ਹੈ ਤੇ ਬਜਾਇਦਾ ਕਿ ਕਿਸ-ਕਿਸ ਕੇ ਵਰੀਏ ਕੋਈ ਨਾ ਕੋਈ ਕਰਕੇ ਮਰੀ ਹੈ ਮੈਂ ਮਨ ਪੂਰਾ ਤਰ ਲਿਆ ਸੀ ਔਰ ਹੌਲੀ-ਹੌਲੀ ਮੈਂ ਕੈਲਕੂਲੇਟਡ ਰਿਸਕ ਲੈ ਅੰਦਰ ਆਇਆ ਮੈਂ ਇਹ ਨਹੀਂ ਕਿ ਜਵਤੀ ਖੂਜ ਛਾਲ ਮਾਰਨ ਵਾਲੀ ਗੱਲ ਨਹੀਂ ਕੀਤੀ ਹੌਲੀ-ਹੌਲੀ ਬਤਾਂਦਾ ਕਿ ਆਪਣਾ ਸਟੈਮਨਾ ਔਰ ਫਿਰ ਉਸ ਸਮੂਥਲੀ ਕੀਤਾ ਔਰ ਬਿਲਕੁਲ ਦਿੱਕਤ ਨਹੀਂ ਆਈ ਕੋਈ ਅਸੀਂ ਜੀ ਤੇ ਗੱਲ ਕਰੀ ਆ ਪੰਕਲ ਐਕਟੀਵਿਟੀਜ਼ ਹੋਰ ਵੀ ਕਰਦੇ ਹੋ ਕਈ ਤੁਸੀਂ ਹਾਂਜੀ ਕਿਹੜੀਆਂ ਕਿਹੜੀਆਂ ਕਰਦੇ ਹੋ ਐਕਟੀਵਿਟੀ ਮਿਹਨਤ ਹੈ ਹੀ ਹੈ ਪਹਿਲੇ ਰਨਿੰਗ ਕਰਦਾ ਰਿਹਾ ਹੁਣ ਇੱਥੇ ਤੋਂ ਵੀ ਵੇਟ ਟ੍ਰੇਨਿੰਗ ਵੀ ਕਰਦਾ ਹਾਂ ਔਰ ਕਾਰਡੀਓ ਟ੍ਰੇਨਿੰਗ ਵੀ ਕਰਦਾ ਅੱਛਾ ਜੇ ਕੋਈ ਸਪੋਰਟਸ ਐਕਟੀਵਿਟੀਆਂ ਹੁੰਦੀਆਂ ਨੇ ਸ਼ਹਿਰ 'ਚ ਜਾਂ ਕਿਤੇ ਵੀ ਪਾਰਟਿਸਿਪੇਟ ਕਰਦੇ ਹੋ ਨਹੀਂ ਸ਼ੌਕ ਤੇ ਹੈ ਮੈਨੂੰ ਕਿਸੇ ਬੁਲਾ ਲੈਣ ਦੇ ਜਿਨੂ ਚਲੇ ਜਾਂਦੇ ਔਰ ਕਰ ਵੀ ਦਈਦਾ ਅਗਰ ਕੋਈ ਇੱਕ ਵਾਰੀ ਪਿੱਛੇ ਬੜੀ ਪੜ੍ਹਦੀ ਨਵੀਂ ਗੱਲ ਮੈਨੂੰ ਛੇੜ ਲਈ ਹੈ ਇੱਥੇ ਹੀ ਰਾਤਰੀਆਂ ਦਾ ਇੱਕ ਪ੍ਰੋਮ ਹੋਇਆ ਸੀਗਾ ਸ਼ਹਿਰ ਇੱਕ ਓਮੈਕਸ ਵਾਲਾ ਨੇ ਕੀਤਾ ਸੀ ਜਿਹੜਾ ਨਿਊ ਚੰਡੀਗੜ੍ਹ 'ਚ ਉਹ ਰਹਤਿਆਂ ਵਿੱਚ ਉਹ ਹੁੰਦਾ ਨਾ ਕਿਹੜਾ ਡਾਂਸ ਕਰਦੇ ਮੈਂ ਨਾ ਹੀ ਭੁੱਲ ਗਿਆ ਹੁਣ ਉਹ ਮੈਂ ਜੀ ਘਰਵਾ ਘਰਵਾ ਤੇ ਮੈਂ ਘਰਵਾ ਕਿੰਗ ਨੂੰ ਘਰਵਾ ਕਿੰਗ ਦਾ ਖਤਾਬ ਦਿੱਤਾ ਸੀ ਉੱਥੇ ਵੀ ਉਹ ਵੀ ਜਿੱਤ ਕੇ ਆਇਆ ਸੀ ਤੇ ਚੱਲਦਾ ਰਹਿੰਦਾ ਫਤਰਾ ਲਈ ਉਹ ਮੇਰੀ ਪੋਸਟ ਹੈ ਇੰਸਟਾਗ੍ਰਾਮ ਤੇ ਪੋਸਟ ਲਗਾਈ ਵੀ ਹੋਈ ਹੈ ਮੈਂ ਅੱਛਾ ਜੀ ਹਾਂ ਜੀ ਤੇ ਗੱਲ ਕਰਾਂ ਇੰਸਟਾਗ੍ਰਾਮ ਦੀ ਤੁਸੀਂ ਗੱਲ ਕੀਤੀਆਂ ਕਿ ਇੰਸਟਾਗ੍ਰਾਮ ਤੇ ਵੀ ਬੜੇ ਫੇਮਸ ਹੋ ਤੁਸੀਂ ਵਿਰਾਟ ਕੋਹਲੀ ਵਰਗੇ ਤੁਹਾਨੂੰ ਫੋਲੋ ਕਰਦੇ ਆ ਕੀ ਕਾਰਨ ਹੈ ਜੀ ਕారణ ਕੁਛ ਨਹੀਂ ਜੀ ਬਸ ਉਹ ਵੀ ਕੁਝ ਦੇਖਦੇ ਨੇ ਕੋਈ ਨਵਾਂ ਚੀਜ਼ ਕਿਸੇ ਨੂੰ ਸਿੱਖਣ ਨੂੰ ਮਿਲਦੀ ਹੈ ਮੈਂ ਵੀ ਕੁਝ ਕਈ ਐਸੇ ਬੰਦੇ ਨੂੰ ਫੋਲੋ ਕਰਦਾ ਜਿਉਂ ਤੋਂ ਮੈਨੂੰ ਲੱਗਦਾ ਹੈ ਕੁਝ ਮੈਨੂੰ ਇਹਨਾਂ ਕੋਲ ਪ੍ਰਾਪਤ ਹੋ ਸਕਦਾ ਕੋਈ ਸਿੱਖ ਸਕਦਾ ਤੇ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਜਦੋਂ ਜਦੋਂ ਵੀ ਬੰਦਾ ਸਿੱਖਣਾ ਚਾਹੇ ਸਿੱਖ ਸਕਦਾ ਮੈਂ ਇਸ ਲੇਟ ਏਜ ਵਿੱਚ ਡਾਈਟੀਸ਼ਨ ਨੋਟ੍ਰੀਸ਼ਨ ਦਾ ਕੋਰਸ ਸਿੱਖਿਆ ਹੈ ਇਸ ਲੇਟ ਏਜ ਵਿੱਚ ਅੱਛਾ ਜੀ ਡਿਪਲੋਮਾ ਪਰਸਨ ਟ੍ਰੇਨਿੰਗ ਕੀਤੀ ਹੋ ਯੂਕੇ ਗਵਰਨਮੈਂਟ ਵਾਲੀ ਕੀਤੀ ਫਿਰ 60 ਸਾਲ ਦੀ ਉਮਰ ਤੋਂ ਬਾਅਦ ਬਾ ਨਹੀਂ ਜੀ ਹੁਣ 70 ਸਾਲ ਦੀ ਉਮਰ ਤੋਂ ਬਾਅਦ ਅੱਛਾ ਜੀ ਤੇ ਇਵਨ ਪਿੱਛ ਡਿਪਲੋਮਾ ਲਿਆ ਤੁਸੀਂ ਤੇ ਕੋਈ ਉਮਰ ਪੜ੍ਹਦੀ ਨਹੀਂ ਹੁੰਦੀ ਕੋਈ ਉਮਰ ਸਿੱਖਣ ਦੀ ਨਹੀਂ ਹੁੰਦੀ ਜਦੋਂ ਸਿੱਖਣਾ ਚਾਹੇ ਬੰਦਾ ਸਿੱਖਦਾ ਪਰ ਬਹੁਤ ਵੱਡੀ ਗੱਲ ਆ ਜਿਹੜੇ ਬੰਦੇ ਨੂੰ 180 90 ਮਿਲੀਅਨ ਲੋਕ ਫੋਲੋ ਕਰਦੇ ਹੋ ਤੁਹਾਨੂੰ ਫੋਲੋ ਕਰਦੇ ਕੋਈ ਤਾਂ ਗੱਲਬਾਤ ਹੋਣੀ ਨਾ ਫਿਰ ਪਿਆਰ ਹੈ ਜੀ ਉਹਨਾਂ ਦਾ ਮੈਂ ਹੀ ਕਵਾਂਗਾ ਸਤਿਕਾਰ ਕਰ ਸਕਦਾ ਜੀ ਤੇ ਉਹਨਾਂ ਨੇ ਕੁਝ ਮੇਰੇ ਅੰਦਰ ਫੀਲ ਕੀਤਾ ਉਹ ਸ਼ਾਇਦ ਉਹੀ ਵੀਡੀਓ ਮੇਰੇ ਵਾਇਰਲ ਹੋਏ ਜਿਹਨੇ ਜਿਹਦੇ ਕਰਕੇ ਮੈਨੂੰ ਇੰਡੀਅਨ ਰੈਡੀਓ ਤੇ ਬੁਲਾਇਆ ਇਹਦੇ ਕਰਕੇ ਕਰਲ ਦੇ ਚੈਨਲ ਤੇ ਮੈਨੂੰ ਹਨਰਵਾਜ ਵਿੱਚ ਵੀ ਬੁਲਾਇਆ ਗਿਆ ਇਹ ਚੱਲ ਰਿਹਾ ਸੀ ਤਰਾ ਰਿਕੋਰ ਥੀਟਰ ਵਿੱਚ ਉਹ ਫੋਜਾ ਸਿੰਘ ਜੀ ਆਏ ਸੀ ਤੇ ਲੇਜੈਂਡ ਮੈਨ ਤੇ ਉਹ ਸਾਰੇ ਡੋਲੀ ਗਲੇਰੀਆ ਵੀ ਆਏ ਸੀ ਉਹਨਾਂ ਸਾਹਮਣੇ ਵੀ ਮੈਨੂੰ ਪਰਫਾਰਮ ਕਰਨ ਦਾ ਮੌਕਾ ਮਿਲਿਆ ਤੇ ਚੱਲ ਰਿਹਾ ਸੀ ਤਰਾ ਰਖਤ ਜੇ ਇਕੱਲਪ ਗੱਲਬਾਤ ਕਰੀਏ ਕਿ ਡਾਈਟ ਕੀ ਰਹਿੰਦੀ ਆ ਸਵੇਰੇ ਮਾਰਨਿੰਗ ਤੋਂ ਲੈ ਕੇ ਈਵਨਿੰਗ ਤੱਕ ਕੀ ਡਾਈਟ ਰਹਿੰਦੀ ਆ ਤੁਹਾਡੀ ਟੋਟਲ ਵੀਗਨ ਡਾਈਟ ਹੈ ਜੀ ਮੈਂ ਪਹਿਲਾਂ ਜ਼ਿਕਰ ਕੀਤਾ ਜੋ ਪੱਤਿਆਂ ਤੋਂ ਫੁੱਲ ਤੋਂ ਸਬਜ਼ੀਆਂ ਦਾਲ ਫਰੂਟ ਦਾਲਾਂ ਜੋ ਜ਼ਮੀਨ ਤੋਂ ਪੈਦਾ ਹੁੰਦਾ ਉਹ ਚੀ ਖਾਈ ਜੀ ਤੇ ਗੱਲ ਕਰੀਏ ਜਿੰਮ ਵਗੈਰਾ ਵੀ ਜਾਂਦੇ ਹੋ ਤੁਸੀਂ ਪਰ ਇਹ ਤਾਂ ਨਹੀਂ ਕੋਈ ਸਪਲੀਮੈਂਟ ਤਾਂ ਨਹੀਂ ਲੈਂਦੇ ਤੁਸੀਂ ਨਹੀਂ ਸਪਲੀਮੈਂਟ ਲੈਣੇ ਮੈਂ ਕਦੀ ਨਾ ਮਨ ਕਰਦਾ ਤੇ ਨਾ ਮੈਂ ਕਹਿੰਦਾ ਕਿ ਮੈਂ ਨਹੀਂ ਲੈਂਦਾ ਸਪਲੀਮੈਂਟ ਲੈਣਾ ਪਰ ਮੈਂ ਸਪਲੀਮੈਂਟ ਵੀ ਵੇ ਪ੍ਰੋਟੀਨ ਕਿਉਂਕਿ ਇਹਦੇ ਚ ਸਾਡੇ ਚ ਲੈਣਾ ਨਹੀਂ ਹੁੰਦਾ ਵੀ ਕਿ ਤੇ ਮੈਂ ਦੂਜਾ ਪਲਾਂਟ ਬੇਸ ਪ੍ਰੋਟੀਨ ਦਿੰਦਾ ਪਰ ਜਿਹੜੇ ਬੰਦੇ ਦੁੱਧ ਹজম ਕਰ ਲੈਂਦੇ ਨੇ ਜਾਂ ਜਿਨ੍ਹਾਂ ਨੂੰ ਕੋਈ ਇਸ਼ੂ ਨਹੀਂ ਹੈ ਜਾਂ ਜਿਨ੍ਹਾਂ ਨੂੰ ਕੋਈ ਇਹ ਵਾਰ ਸੋਚਣ ਦੀ ਜ਼ਰੂਰਤ ਨਹੀਂ ਹੈ ਤੋਂ ਵੇ ਪ੍ਰੋਟੀਨ ਲੈਣ ਤੇ ਮੈਂ ਉਹਨੂੰ ਗਲਤ ਨਹੀਂ ਕਹਿੰਦਾ ਕਿਲਾ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਆਫ ਦਾ ਕੈਮਰਾ ਚਾਹ ਪੀਤੀ ਨੂੰ ਕਿੰਨਾ ਟਾਈਮ ਹੋ ਗਿਆ ਜੀ ਚਾਹ ਤੇ ਮੇਰੇ ਖਿਆਲ 50 ਸਾਲ ਹੋ ਗਏ ਮੈਨੂੰ ਵੀ ਪੀਤੀ ਨੂੰ ਆ ਵੀ ਪੀਤੀ ਨੂੰ ਹਾਂਜੀ ਬਹੁਤ ਵੱਡੀ ਗੱਲ ਹੈ ਕਿ ਇੰਨੇ ਟਾਈਮ ਤੋਂ ਚਾਹ ਨਹੀਂ ਪੀਤੀ ਤੇ ਜੇ ਆਪਾਂ ਕਦੀ ਮੈਨੂੰ ਪੀਣੀ ਪੈ ਜਾਏ 6 ਮਹੀਨੇ ਸਾਲ ਚ ਕਦੀ ਉਹ ਬਲੈਕ ਟੀ ਬਿਨਾ ਦੁੱਧ ਦੇ ਤਾਂ ਮੈਂ ਲੈ ਵੀ ਲੈਣਾ ਪਰ ਜਿਹੜੀ ਅਸਲ ਚਾਹ ਬਣਦੀ ਹੈਗੇ ਉਹ ਤਾਂ ਮਤਲਬ ਹੀ ਨਹੀਂ ਹੈ ਦੁੱਧ ਪਾਇਆ ਪੱਤੀ ਪਾਈ ਚੀਨੀ ਪਾਈ ਬਹੁਤ ਸਾਲ ਹੋ ਗਏ ਜੀ ਬਹੁਤ ਸਾਰਾ ਅੱਛਾ ਜੀ ਤਾਂ ਇੱਕ ਬਹੁਤ ਵੱਡੀ ਗੱਲ ਹੈ ਬੜੀ ਸਟ੍ਰਿਕਟ ਡਾਈਟਿੰਗ ਕਰਦੇ ਹੋ ਤੁਸੀਂ ਕਾਫੀ ਮੈਨੂੰ ਲੋਕਾਂ ਨੇ ਕਿਹਾ ਸੀ ਵੀ ਜਿੰਮੇ ਜੁੜੀ ਹੁੰਦੀ ਮੈਂ ਬੜੀ ਕੋਸ਼ਿਸ਼ ਵੀ ਕੀਤੀ ਦੋ ਵਾਰੀ ਪੀਂਦੀ ਪਰ ਟੇਸਟ ਡਿਵੈਲਪ ਨਹੀਂ ਕਰ ਪਾਇਆ ਉਹ ਨਹੀਂ ਪੀਤੀ ਅਕਲ ਲੋਕ ਕਹਿੰਦੇ ਆ ਕਿ ਚਾਹ ਪੀਤੇ ਤੋਂ ਮਨ ਸਾਡੀ ਅੱਖੇ ਨਹੀਂ ਖੁੱਲਦੀ ਪਰ ਅੱਖ ਕਿਵੇਂ ਖੁੱਲਦੀ ਆ ਸਵੇਰੇ ਨਹੀਂ ਜੀ ਸਾਰੇ ਮੰਨੇ ਨੇ ਬੜੇ ਸੋਹਣੇ ਅੱਖ ਖੁੱਲਦੀ ਆ ਬੜਾ ਫੋੜਾ ਸਿਹਤ ਲੈ ਕੇ ਰਾਤ ਤੱਕ ਅਸੀਂ ਪੂਰੀ ਐਕਸਰਸਾਈਜ਼ ਕਰਦੇ ਆਂ ਪੁਰੇ ਮੈਂ ਆਪਣੇ ਬੱਚੇ ਸਟੋਰ ਦੇ ਉੱਤੇ ਕੰਮ ਵੀ ਕਰਦਾ ਆਪਣੇ ਐਕਸਰਸਾਈਜ਼ ਵੀ ਕਰਦਾ ਜਿਮ ਵੀ ਜੀ ਜਾਂਦਾ ਮੇਰੇ ਖਿਆਲ ਐ ਐਸਾ ਕੋਈ ਇਸ਼ੂ ਨਹੀਂ ਹੁੰਦਾ ਅੱਛਾ ਜੀ ਤੇ ਅੰਕਲ ਜੀ ਆਪਾਂ ਗੱਲ ਕਰੀਏ ਤੇ ਹੁਣ ਤੱਕ ਤੁਸੀਂ ਜੋ ਐਕਸਰਸਾਈਜ਼ ਆ ਕਰਦੇ ਹੋ weight lifting ਕਰਦੇ ਹੋ ਕਿੰਨਾ weight ਚੁੱਕ ਲੈਂਦੇ ਹੋ ਮੈਕਸਿਮਮ ਜੋ ਕਰਦੇ ਹੋ ਤੁਸੀਂ ਨਹੀਂ ਦੇਖੋ ਡੈੱਡ ਲਿਫ 140 ਕਿਲੋ ਤੱਕ ਲਗਾਈ ਹੋਈ ਹੈ ਅੱਛਾ ਜੀ ਹਾਂ ਜੀ ਜਿਹੜੇ ਪੁਸ਼-ਅਪ ਤੁਸੀਂ ਦੱਸੇ 584 ਦਾ ਮੇਰਾ ਰਿਕਾਰਡ ਰਿਹਾ ਪਰਫਾਰਮੈਂਸ 600 ਵੀ ਲਾ ਲੈਣਾ ਇੱਕ ਵਾਰ ਚ ਜੀ ਇੱਕ ਵਾਰੀ ਜੀ 600 ਪੁਸ਼-ਅਪ ਹਾਂ ਜੀ ਹਾਂ ਜੀ ਬਤ ਵੱਡੀ ਗੱਲ ਆ ਕਿ ਮੈਨੂੰ ਲੱਗਦਾ ਕੋਈ ਨੌਜਵਾਨ ਵੀ ਨਹੀਂ ਲਾ ਸਕਦਾ ਕੱਲੀ ਤੋਂ 45 ਮਿੰਟ ਲੱਗਣਗੇ ਆਪਾਂ ਹੁਣ ਵੀ ਲਗਾ ਸਕਦੇ ਆ ਅਗਰ ਤੁਸੀਂ ਗੱਲ ਇੰਟਰਵਿਊ ਬਹੁਤ ਲੰਬੀ ਹੋ ਜਾਣੀ ਹੈ ਜੇ ਪੁੱਛ ਬਲਾਉਣ ਲੱਗੇ ਆਪਾਂ ਠੀਕ ਤੇ ਜੇ ਅਕਲ ਗੱਲ ਕਰੀਏ ਬਹੁਤ ਸਾਰੇ ਨੌਜਵਾਨ ਨਾ ਅੱਜ ਕੱਲ ਦੇ ਟਾਈਮ ਚ ਕਹਿੰਦੇ ਆ ਸਾਡੀ ਬਾਡੀ ਜਲਦੀ ਤੋਂ ਜਲਦੀ ਬਣ ਜੇ ਇੱਕ ਵੀ ਸ਼ਾਰਟਕਟ ਲੈਣਾ ਚਾਹੁੰਦੇ ਆ ਉਹਦੇ ਚੱਕਰ ਚ ਸਪਲੀਮੈਂਟਸ ਸਟੀਰੋਇਡ ਲੈ ਲੈਂਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਫਿਰ ਭਾਈ ਸ਼ਾਰਟਕਟ ਜਿਹੜਾ ਬਹੁਤ ਵੱਡਾ ਘੱਟ ਮਾਰਦਾ ਸਾਡੇ ਸਰੀਰ ਨੂੰ ਇਸ ਤੋਂ ਬਚਣ ਸਹੀ ਚ ਬਿਹਤਰੀ ਹੈ ਉਹ ਜਿਹੜੀ ਚ ਉਹਨੀ ਜਲਦੀ ਸੀਰ ਨੂੰ ਤੋੜ ਦਿੰਦੀ ਹੈ ਔਰ ਅੱਜ ਪਿੱਛੇ ਬੜੀਆਂ ਘਟਨਾਵਾਂ ਵੀ ਸੁਣੀਆਂ ਹੈ ਅੱਛੇ ਜਿਹੇ ਬੋਡੀ ਬਿਲਡਰ ਇਵਨ ਸ਼ੈਨ ਵਨ ਬਾਰੇ ਵੀ ਪੜਿਆ ਹੈ ਕਿ ਉਹਦੀ ਵੀ ਡੈਥ ਹੋਈ ਹਾਰਟ ਬੇਸਿਕਲੀ ਇਵਨ ਕਹਿਣਾ ਨਹੀਂ ਚਾਹੀਦਾ ਇੰਨੇ ਅੱਛੇ ਸਿਹਤ ਰੱਖਣ ਵਾਲੇ ਸਾਡੇ ਸਰਵ ਗੌਂਗਲੀ ਵਰਗੇ ਬੰਦੇ ਵੀ ਪਿੱਛੇ ਹਾਰਟ ਦੀ ਸਰਜੀ ਕਰਾ ਕੇ ਆਏ ਇਹਨਾਂ ਚੋਂ ਇਹ ਅਸੀਂ ਜਦੋਂ ਅਸੀਂ ਡਾਈਟ ਵੱਲ ਧਿਆਨ ਨਹੀਂ ਮਾਰਦੇ ਜਾਂ ਐਕਸੈਸਿਵ ਲੋਡ ਲੈਂਦੇ ਹਾਂ ਪ੍ਰੈਸ਼ਰ ਅਨਿਆ ਟੈਂਸ਼ਨ ਆਨਿਆ ਉਹ ਤੋਂ ਵਜਾ ਨਾਲ ਸਾਰੀ ਚੀਜ਼ਾਂ ਹੁੰਦੀਆਂ ਨੇ ਸਰੀਰ ਨੂੰ ਖੁਸ਼ ਰੋਗ ਜਿੰਦਗੀ ਤੇ ਜਿਹੜੀ ਮਿਲਿਆ ਨੂੰ ਇੰਜੋਏ ਕਰੋ ਉਹਨੂੰ ਸਾੜ ਸਾੜ ਕੇ ਕਿਉਂ ਆਪਾਂ ਖਰਾਬ ਕਰ ਰਹੇ ਆ ਇਹਦਾ ਕੋਈ ਸਮਝ ਨਹੀਂ ਆਉਂਦੀ ਮੈਨੂੰ ਜੀ ਤੇ ਇਹਦੇ ਗੱਲ ਕਰੀ ਅਖੀਰ ਤੇ ਮੈਸੇਜ ਕੀ ਦੇਣਾ ਚਾਹੋਗੇ ਜਿਹੜੀ ਖਾਸ ਕਰਕੇ ਥੋੜੀ ਉਮਰ ਦੇ ਲੋਕ ਨੇ ਕਿਉਂਕਿ ਚਲੋ ਨੌਜਵਾਨਾਂ ਚ ਤਾਂ ਹਾਲੇ ਵੀ ਬਹੁਤ ਐਂਚ ਕਰੇਜ਼ ਆ ਗਈ ਅਸੀਂ ਫਿੱਟ ਰਹੀਏ ਪਰ ਜਦੋਂ ਬੰਦਾ ਹੋ ਜਾਂਦਾ 40 ਕ ਦੀ ਉਮਰ ਚ ਖੁਦ ਨੂੰ ਉਹ ਬੁੱਢਾ ਸਮਝਣ ਲੱਗ ਜਾਂਦਾ ਬਾਜੀ ਬੁੱਢਾ ਨਾ ਸਮਝੋ ਕਹਿੰਦੇ ਜਦੋਂ ਜਾਗੋ ਤਦੇ ਸਵੇਰਾ ਜਿਸ ਜਗ੍ਹਾ ਤੇ ਤੁਸੀਂ ਲੰਘ ਰਹੇ ਹੋ ਜਿੱਥੇ ਵੀ ਤੁਹਾਡਾ ਤੁਹਾਨੂੰ ਲੱਗ ਰਿਹਾ ਹੈ ਤੁਹਾਡਾ ਗਲਤ ਰਸਤਾ ਚੱਲ ਰਿਹਾ ਹੈ ਤੁਸੀਂ ਕਾਰ ਚਲਾ ਰਹੇ ਹੋ ਗਲਤ ਰਸਤੇ ਪੈ ਗਏ ਤੁਹਾਨੂੰ ਦਿਖ ਗਿਆ ਵੀ ਗਲਤ ਹੋ ਗਿਆ ਤੇ ਉਦੋਂ ਯੂ ਟਰਨ ਮਾਰ ਲਓ ਕੀੜੀ ਤਕਲੀਫ ਹੈ ਜੇ ਟਾਈਮ ਤੇ ਮਾਰਨਾ ਸ਼ੁਰੂ ਕਰੋ ਉਹਦੇ ਬਾਅਦ ਹੀ ਰਿਵਾਈਵਰ ਹੋਣਾ ਸ਼ੁਰੂ ਹੋ ਜਾਂਦਾ ਹੈ ਦੁਬਾਰਾ ਰੀਗੇਨ ਹੋ ਜਾਏਗਾ ਸਭ ਕੁਝ ਪਰ ਇੱਕ ਇੱਕ ਗੱਲ ਮੈਂ ਹੋਰ ਯਾਦ ਆਈ ਜਦੋਂ ਕਈ ਲੋਕ ਸੋਚਦੇ ਆ ਨਾ ਸਾਡੇ ਵਰਗੇ ਵੀ ਸੋਚਦੇ ਯਾਰ ਜਿਮ ਸਟਾਰਟ ਕਰਨਾ ਤਾਂ ਸਵੇਰੇ ਉੱਠਦੇ ਇੱਕ ਵਾਰ 6 ਵਜੇ ਦਾ అలਾਰਮ ਲਾ ਕੇ ਨਹੀਂ ਯਾਰ ਕੱਲ ਤੋਂ ਚੱਲਾਂਗੇ ਉਹ ਕੱਲ-ਕੱਲ ਕਰਦੇ ਹੋ ਸਾਲ ਮਹੀਨੇ ਬਹੁਤ ਚੀਜ਼ਾਂ ਕੱਟ ਦਿੰਦੇ ਆਗੇ ਵਿਕਟਮ ਗਾਰਡ ਹੈ ਜੀ ਇਹ ਤੇ ਮੰਨ ਮੰਨ ਨੇ ਸਾਰੇ ਕੋਈ ਚੀਜ਼ ਕੱਲ ਨਹੀਂ ਸ਼ੁਰੂ ਹੋ ਸਕਦੀ ਜਿਹੜੀ ਚੀਜ਼ ਸ਼ੁਰੂ ਹੋਏਗੀ ਉਹ ਅੱਜ ਅੱਜ ਵੀ ਨਹੀਂ ਹੁਣੇ ਹੀ ਹੋ ਸਕਦੀ ਹੈ ਹਾਂਜੀ ਇਮੀਡੀਏਟ ਉਠੋ ਤੇ ਸ਼ੁਰੂ ਕਰਦੋ ਕੀ ਤਕਲੀਫ ਹੈ ਜੀ ਐਸਨ ਨਾ ਤ੍ਰਿਪ ਸਿੰਘ ਜੀ ਜ ਜਨ ਨਾਲ ਆਪਾਂ ਨੇ ਗੱਲਬਾਤ ਕੀਤੀ ਕਿ ਸਿਹਤ ਦਾ ਕੀ ਰਾਜ ਆ ਜੇ ਗੱਲ ਕਰੀਏ ਅੰਕਲ ਬਹੁਤ ਫਿੱਟ ਲੱਗਦੇ ਆ ਤਕਰੀਬਨ 78 ਸਾਲ ਦੀ ਇਹਨਾਂ ਦੀ ਉਮਰ ਹੋ ਚੁੱਕੀ ਆ ਪਰ ਫੁਰਤੀ ਅਜੇ ਵੀ ਬਹੁਤ ਜ਼ਿਆਦਾ ਜੇਕਰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਹੋਰ ਜਹੀਆਂ ਵੀਡੀਓਜ਼ ਦੇਖਣ ਦੇ ਲਈ ਜੁੜੇ ਰਹੋ